ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਬਾਈ ਜੀ, ਇਹ ਕਿਸਾਨ ਯੂਨੀਅਨ ਦੇ ਪੱਖ 'ਚ ਵੀਡੀਓ ਪਾ ਰਿਹਾ ਮੈਂ, ਕਿਉਂਕਿ ਆਪਣੇ ਬਜ਼ੁਰਗ ਹੀ ਜਾ ਰਹੇ ਨੇ ਜ਼ਿਆਦਾਤਰ, ਕਿਉਂਕਿ ਆਪਣੇ ਨੌਜਵਾਨਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈਗਾ, ਮਜ਼ਦੂਰ ਭਾਈਚਾਰੇ ਨੂੰ ਵੀ, ਸਾਰਿਆਂ ਨੂੰ ਉਹਨਾਂ ਦੇ ਨਾਲ ਜੁੜ ਕੇ, ਕਿਉਂਕਿ ਕੱਲ੍ਹ ਨੂੰ ਜੇ ਅੱਜ ਆਪਾਂ ਜੁੜਦੇ ਨਹੀਂ ਹੈ, ਕੱਲ੍ਹ ਨੂੰ ਇਹ ਨਾ ਪਛਤਾਵਾ ਹੋਵੇ ਯਾਰ ਆਪਾਂ ਨਹੀਂ ਗਏ ਹੈਗੇ, ਆਹ ਜੇ ਆਪਾਂ ਵਗ ਜਾਂਦੇ ਇੱਦਾਂ ਨਾ ਹੁੰਦਾ, ਇੱਦਾਂ ਨਾ ਹੁੰਦਾ, ਫਿਰ ਜੇ ਹੱਥ ਨਹੀਂ ਆਉਂਦੀ ਹੁੰਦੀ ਹੈਗੀ। ਕਿਉਂਕਿ ਹੁਣ ਬਾਈ ਜੀ ਸਾਰੇ ਜੁੜ ਕੇ ਇਕਜੁੱਟ ਹੋ ਕੇ ਆਪਣਾ ਜਿਹੜਾ ਨਾਰਾ ਹੈਗਾ ਕਿਸਾਨ ਮਜ਼ਦੂਰ ਏਕਤਾ ਦਾ, ਉਹਨੂੰ ਆਪਾਂ ਬੁਲੰਦ ਕਰੀਏ, ਕਿਉਂਕਿ ਸਾਰੇ ਜੁੜ ਕੇ ਹੀ ਕੋਈ ਹੱਲ ਨਿਕਲ ਸਕਦਾ ਹੈ, ਇਹ ਤੋਂ ਬਗੈਰ ਕੋਈ ਹੱਲ ਨਹੀਂ ਹੋ ਸਕਦਾ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ, ਸਾਰਿਆਂ ਨੂੰ ਇਹ ਮਿਲ ਕੇ ਹੀ ਇਹਦਾ ਹੱਲ ਨਿਕਲ ਸਕਦਾ ਹੈ, ਨਹੀਂ ਕੋਈ ਹੱਲ ਨਹੀਂ ਹੈਗਾ ਵੀਰੋ, ਕੱਲ੍ਹ ਨੂੰ ਬਸ ਪਛਤਾਵਾ ਹੀ ਪੱਲੇ ਰਹੂਗਾ ਆਪਣੇ। ਕਿਉਂਕਿ ਮੇਰੇ ਪਿੰਡ ਤੋਂ ਹੁਣ 25 ਤਰੀਕ ਨੂੰ ਧਰਨੇ 'ਤੇ 15-20 ਟਰਾਲੀਆਂ ਗਈਆਂ ਨੇ, ਕਿਉਂਕਿ ਸਾਨੂੰ ਅੱਗੇ ਵੀ ਉਮੀਦ ਹੈ ਵੀ ਕਿਉਂਕਿ ਹੋਰ ਵੀ ਵੱਧ ਚੜ੍ਹ ਕੇ ਜਾਣਗੇ, ਐਤਕੀ ਵਾਰ ਕਿਉਂਕਿ ਥੋੜ੍ਹੀ ਜਿਹੀ ਕੋਈ ਗੱਲ ਹੋ ਗਈ ਸੀ, ਇਸ ਕਰਕੇ ਥੋੜ੍ਹੇ ਕੁਛ ਕਿੱਧਰੇ ਨੂੰ ਚਲੇ ਗਏ, ਕੁਛ ਕਿੱਧਰੇ ਨੂੰ, ਇਸ ਕਰਕੇ ਉਹ ਹੋ ਗਿਆ। ਨਹੀਂ ਅੱਗੇ ਨੂੰ ਸਾਨੂੰ ਇਹ ਉਮੀਦ ਹੈ ਵੀ ਅਸੀਂ ਮੇਰੇ ਪਿੰਡ 'ਚੋਂ ਵੀ ਘੱਟੋ ਘੱਟ 50-60 ਟਰਾਲੀਆਂ ਦਾ ਕਾਫਲਾ ਹੋਊਗਾ, ਜਿਸ 'ਚ ਨੌਜਵਾਨ ਵੀ ਨੇ, ਮਜ਼ਦੂਰ ਭਾਈਚਾਰਾ ਵੀ ਹੈ, ਕਿਸਾਨ ਵੀਰ ਵੀ ਨੇ, ਔਰ ਹੋਰ ਸਾਰੀਆਂ ਉਸਦੇ ਭਾਈਚਾਰੇ ਜਿਵੇਂ ਡਾਕਟਰ ਹੋ ਗਏ, ਮਾਸਟਰ ਹੋ ਗਏ, ਸਾਰੇ ਵੀਰ ਉੱਥੇ ਹੁੰਮ ਹੁਮਾ ਕੇ ਪਹੁੰਚੇ ਸੀ ਧਰਨੇ 'ਚ। ਅੱਗੇ ਵੀ ਸਾਨੂੰ ਇਹੀ ਉਮੀਦ ਹੈ ਕਿ ਸਾਰੇ ਪਹੁੰਚਣਗੇ, ਬਾਈ ਜੀ ਸਾਰੇ ਪਿੰਡਾਂ ਜਿਹੜੇ ਵੀ ਮੇਰੀ ਵੀਡੀਓ ਵੇਖਣਗੇ, ਆਪਣੇ ਪਿੰਡਾਂ 'ਚ ਐਵੇਂ ਵੀ ਮੂਹਰੇ ਲੱਗ ਕੇ ਅੱਗੇ ਨੌਜਵਾਨਾਂ ਨੂੰ ਜੋੜੋ, ਕੁਛ ਬਜ਼ੁਰਗ ਤਾਂ ਜੁੜੇ ਹੋਏ ਨੇ ਆਪਣੇ, ਔਰ ਡਾਕਟਰ ਮਾਸਟਰ ਜੋ ਵੀ ਆਪਣੇ ਵਕੀਲ ਭਾਈਚਾਰਾ, ਸਾਰੇ ਇਕਜੁੱਟ ਹੋ ਕੇ ਆਪਾਂ ਧਰਨੇ 'ਤੇ ਹੁੰਮ ਹੁਮਾ ਕੇ ਪਹੁੰਚਿਆ ਕਰੀਏ। ਬਾਈ ਜੀ ਬਸ ਇਹੀ ਕਹਿਣਾ ਚਾਹੁੰਦਾ, ਬਾਈ ਸਤਿ ਸ੍ਰੀ ਅਕਾਲ। ਕਿਸਾਨ ਯੂਨੀਅਨ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਕਿਸਾਨ ਯੂਨੀਅਨ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ। ਲੋੜ ਪਏਗੀ ਸਮਝ ਚੁੱਕੀ, ਕਮਰਾ ਨਹੀਂ ਤਿਆਰ ਕਰਨਾ ਯਾਰ। ਚੱਲ ਜਾਣੇ ਯਾਰ।